ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਅੱਜ ਦਵਿੰਦਰਪਾਲ ਸਿੰਘ ਭੁੱਲਰ ਨੂੰ ਮਿਲੇ ਜਿੱਥੇ ਉਹਨਾਂ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਹਾਲ ਚਾਲ ਪੁੱਛਿਆ ਜਿਸ ਤੋਂ ਬਾਅਦ ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼੍ਰੋਮਣੀ ਕਮੇਟੀ ਪਿਛਲੇ ਲੰਮੇ ਸਮੇਂ ਤੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੀ ਮੰਗ ਕਰ ਰਹੀ ਹੈ ਉਹਨਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਮਦਦ ਨਾਲ ਦਵਿੰਦਰਪਾਲ ਸਿੰਘ ਭੁੱਲਰ ਅਤੇ ਗੁਰਦੀਪ ਸਿੰਘ ਖਹਿਰਾ ਨੂੰ ਪੰਜਾਬ ਵਿੱਚ ਲਿਆਉਣ ਲਈ ਅਹਿਮ ਰੋਲ ਨਿਭਾਇਆ ਹੈ ਉਹਨਾਂ ਦੱਸਿਆ ਕਿ ਇਹਨਾਂ ਕੈਦੀਆਂ ਦੇ ਪਰਿਵਾਰ ਨੂੰ ਕਿਸੇ ਵੀ ਤਰ੍ਹਾਂ ਦੀ ਮਦਦ ਦੀ ਲੋੜ ਹੋਵੇਗੀ ਤਾਂ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ ਉਹਨਾਂ ਇਹਨਾਂ ਦੋਨਾਂ ਕੈਦੀਆਂ ਦੀ ਸਰਕਾਰ ਤੋਂ ਰਿਹਾਈ ਦੀ ਮੰਗ ਵੀ ਕੀਤੀ ਪਰਿਵਾਰ ਨਾਲ ਜਦੋਂ ਦਾ ਇਹਨਾਂ ਦਾ ਕੇਸ ਸ਼੍ਰੋਮਣੀ ਕਮੇਟੀ ਨੇ ਲਿਆ ਉਦੋਂ ਤੋਂ ਹੀ ਵਾਪਸਤਾ ਹੈ ਔਰ ਮੈਂ ਸਮਝਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਉਹਨਾਂ ਦੀ ਖੇਤੀਆਬੀ ਦੀ ਹਮੇਸ਼ਾ ਯਤਨ ਕੀਤੇ ਨੇ ਔਰ ਸਰਕਾਰ ਤੋਂ ਹਰ ਸਮੇਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਜਿਹੜਾ ਉਹ ਰਿਹਾ ਕੀਤਾ ਜਾਣਾ ਚਾਹੀਦਾ ਔਰ ਫਿਰ ਪੰਜਾਬ ਸਰਕਾਰ ਦਾ ਧੰਨਵਾਦੀ ਹੈ ਕਿ ਉਹਨਾਂ ਨੇ ਇਹਨਾਂ ਨੂੰ ਪੰਜਾਬ ਸ਼ਿਫਟ ਕਰਾਉਣ ਵਿੱਚ ਮਦਦ ਕੀਤੀ ਹੈ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਔਰ ਦੋ ਕੈਦੀਆਂ ਨੂੰ ਕੀਤਾ ਬੜੇ ਮੈਂ ਉਹਨਾਂ ਧੰਨਵਾਦ ਕਰਦਾ ਔਰ ਦੂਸਰਾ ਮੈਂ ਬੀਬਾ ਜੀ ਨੂੰ ਮਿਲਿਆ ਅੱਜ ਕਿਉਂਕਿ ਮੈਂ ਵੀ ਕਾਫੀ ਸਿਹਤਯਾਬ ਨਾ ਹੋਣ ਕਰਕੇ ਮੈਂ ਕਈ ਦਿਨ ਆ ਨਹੀਂ ਸਕਿਆ ਔਰ ਮੈਂ ਬੀਬਾ ਜੀ ਨੂੰ ਮਿਲਿਆ ਔਰ ਮੈਂ ਉਹਨਾਂ ਤੋਂ ਹਾਲ ਚਾਲ ਪੁੱਛਿਆ ਅੱਗੇ ਨਾਲੋਂ ਉਹਨਾਂ ਦੀ ਸਿਹਤ ਵਿੱਚ ਸੁਧਾਰ ਹੈ ਔਰ ਮੈਂ ਸਮਝਦਾ ਕਿ ਵਾਹਿਗੁਰੂ ਕਿਰਪਾ ਕਰੇ ਉਹ ਸਿਹਤਯਾਬ ਹੋਣ ਅਤੇ ਉਸ ਤੋਂ ਬਾਅਦ ਮੈਂ ਇਹ ਵੀ ਬੀਬਾ ਜੀ ਨੂੰ ਅਸ਼ੋਰ ਕੀਤਾ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਮਦਦ ਪਰਿਵਾਰਕ ਤੌਰ 'ਤੇ ਜਾਂ ਲੀਗਲ ਤੌਰ 'ਤੇ ਜਾਂ ਕਿਸੇ ਵੀ ਐਸਪੈਕਟ ਤੋਂ ਇਹਨਾਂ ਨੂੰ ਪਰਿਵਾਰ ਨੂੰ ਕਿਸੇ ਚੀਜ਼ ਦੀ ਲੋੜ ਹੈ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰ ਵਕਤ ਇਹਨਾਂ ਦੇ ਨਾਲ ਆਪਣਾ ਪਰਿਵਾਰ ਸਮਝ ਕੇ ਪੰਥਕ ਉੱਧਰ ਪ੍ਰੋਫੈਸਰ ਭੁੱਲਰ ਦੀ ਪਤਨੀ ਨੇ ਕਿਹਾ ਕਿ ਉਹਨਾਂ ਦੇ ਪਤੀ ਦੀ ਸਿਹਤ ਵਿੱਚ ਫਿਲਹਾਲ ਕੋਈ ਫਰਕ ਨਹੀਂ ਪਿਆ ਉਹਨਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਹਨਾਂ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਜਾ ਰਹੀ ਹੈ ਉਹਨਾਂ ਆਸ ਪ੍ਰਗਟ ਕਰਦੇ ਹੋਏ ਦੱਸਿਆ ਕਿ ਉਹਨਾਂ ਦੇ ਪਤੀ ਨੂੰ ਜਲਦ ਹੀ ਰਿਹਾ ਕੀਤਾ ਜਾਵੇਗਾ ਹਾਂਜੀ ਉਹ ਤਾਂ ਜੇ ਜ਼ਰੂਰਤ ਪਏਗੀ ਮੇਰਾ ਖਿਆਲ ਲੀਗਲ ਤਾਂ ਹੁਣ ਸ਼ਾਇਦ ਕੁਛ ਰਹਿ ਨਹੀਂ ਗਿਆ ਅਤੇ ਬਾਕੀ ਜਿਵੇਂ ਗਏ ਜੇ ਜ਼ਰੂਰਤ ਪਈ ਤਾਂ ਅੱਗੇ ਵੀ ਕਰਦੇ ਆਏ ਹਾਂਜੀ ਕਰਨਗੇ ਅਤੇ ਮੈਂ ਉਹਨਾਂ ਦਾ ਥੈਂਕ ਯੂ ਕਰਦੀ ਹਾਂ ਵੀ ਚਲੋ ਉਹਨਾਂ ਨੇ ਸਾਡੀ ਮਦਦ ਵਾਸਤੇ ਅੱਗੇ ਆਏ ਪਹਿਲਾਂ ਵੀ ਕਰਦੇ ਆਏ ਰੋਲ ਅਜੇ ਅਸੀਂ ਉਹ ਵੀ ਪਹਿਲਾਂ ਤਾਂ ਇਹਨਾਂ ਦੀ ਸਿਹਤ ਥੋੜ੍ਹੀ ਹੋਰ ਠੀਕ ਹੋ ਜਾਏ ਅੰਮ੍ਰਿਤਸਰ ਤੋਂ ਕੈਮਰਾਮੈਨ ਸੋਨੂੰ ਸੋਢੀ ਦੇ ਨਾਲ ਰਘੂ ਕੁਮਾਰ ਖਬਰ ਹਰਪਾਲ ਇੰਡੀਆ